ਆਵਾਮਲੇ ਸਾਹਮਣੇ ਪ੍ਰੋਪਗੰਡਾ ਕਰਨ ਤੋਂ ਬਿਹਤਰ ਹੈ ਕਿ ਤੁਸੀਂ ਦੱਸੋ ਤਾਂ ਸਹੀ ਨੁਕਸਾਨ ਕਿ ਹੋ ਸੀਗਾ ਅਸਾਂ ਦੀ ਕਿਸੇ ਨਾਲ ਲੜਾਈ ਤਾਂ ਹੈ ਨਹੀਂ ਅਸਾਂ ਕਿਸੇ ਗੁੱਜਰ ਨਾਲ ਲੜਾਈ ਨਹੀਂ ਹੈ ਕਿਸੇ ਹੋਰ ਕਿਸੇ ਨਾਲ ਲੜਾਈ ਨਹੀਂ ਹੈ ਸਾਡੀ ਲੜਾਈ ਜਿਹੜੀ ਹੈ ਸਾਡੀ ਮੰਗ ਦੀ ਹੈ ਗੌਰਮਿੰਟ ਦਾ ਨਾਲ ਹੈ ਵਾ ਗੈਰੀ ਸਾਜ਼ਿਸ਼ ਕੀਤੀ ਗਈ ਸਾਡੇ ਨਾਲ ਔਰ ਮੈਂ ਨਾਂ ਲੈ ਕੇ ਨਹੀਂ ਦੱਸਾਂਗਾ ਮੇਰੇ ਅਸਨ ਜ਼ੈਨ ਵੀ ਸਾਡੀ ਤਾਰੀਖਾਂ ਵਿੱਚ ਜੋ ਚੀਜ਼ ਲਿਖੀ ਨਹੀਂ ਹੈ ਕਿ ਕਿੰਨਾ ਲੋਕਾਂ ਸਾਡੇ ਨਾਲ ਸਾਜ਼ਿਸ਼ ਕੀ ਅਸਲਾਮੁਅਲੈਕੁਮ ਨਾਜ਼ਰੀਨ ਤੁਸੀਂ ਦੇਖਣ ਲੱਗੇ ਹੋ ਸਦਾਏ ਪੰਜਾਲ ਤੇ ਮੈਂ ਤੁਸਾਂ ਦਾ ਮੇਜ਼ਬਾਨ ਆਸੀਫ ਮੀਰ ਜਿਸ ਤਰੀਕੇ ਨਾਲ ਅੱਜ 14 ਨਵੰਬਰ ਹੈ ਤੇ ਅੱਜ ਪੂਰਾ ਪਹਾੜੀ ਟਰਾਈਬ ਡੇ ਪਹਾੜੀ ਕਮਿਊਨਿਟੀ ਦੀ ਤਰਫੋਂ ਵੀ ਕਾਫੀ ਸਾਰੇ ਮੁੱਦੇ ਜਿਹੜੇ ਪਹਾੜੀ ਟ੍ਰਾਈਬ ਕਿਲੇਗਾ ਚਾਹੇ ਜਾਣ ਲੱਗੇ ਨੇ ਇਸੇ سلسلے ਨੇ ਉੱਪਰ ਅੱਜ ਮੇਰੇ ਨਾਲ ਜਨਾਬ ਖਾਲਿਦ ਕਰਮਾਨੀ ਸਾਹਿਬ ਵੀ ਮੌਜੂਦ ਹਨ ਅਸੀਂ ਇਹਨਾਂ ਨਾਲ ਗੱਲਬਾਤ ਕਰਸਾਂ ਕਿ ਕਿਸ ਤਰੀਕੇ ਨਾਲ ਪਹਾੜੀ ਜਿਹੜਾ ਤਬਕਾ ਹੈ ਉਸਕੀ ਗਵਰਨਮੈਂਟ ਦੀ ਤਰਫੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿਉਂਕਿ 1999 ਵਿੱਚ ਇੱਕ مشترਕ ਲੜਾਈ ਜਿਹੜੀ ਗੁਜਰ ਕਮਿਊਨਿਟੀ ਔਰ ਪਹਾੜੀ ਕਮਿਊਨਿਟੀ ਨੇ ਜਾਨੀ ਤੂ ਚਲਾਈ ਗਈ ਸੀ ਜਿਸ ਵਿੱਚ ਜਿਹੜਾ ਪਹਾੜੀ ਔਰ ਗੁਜਰ ਕਮਿਊਨਿਟੀ ਕੀ ਜਿਹੜਾ ਟ੍ਰਾਈਬ ਨਾ ਦਰਜਾ ਐ ਐਸਟੀ ਟ੍ਰਾਈਬ ਨਾ ਉਹ ਜਿਹੜਾ ਗੁਜਰ ਕਮਿਊਨਿਟੀ ਹੈ ਉਸकी एसटी ਨਜਰਾ درجہ ਉ ਦਿੱਤਾ ਗਿਆ ਉੱਥੇ ਹੀ ਜਿਹੜਾ ਅਸਾਨੀ ਪਹਾੜੀ ਤਬਕਾ ਹੈ ਉਸकी ਨਜ਼ਰ ਅੰਦਾਜ਼ ਕੀਤਾ ਗਿਆ ਪਿਛਲੇ ਦਿਨਾਂ ਵਿੱਚ ਜਿਹੜਾ ਸਾਡੇ ਅਮਿਤ ਸ਼ਾਹ ਸਾਹਿਬ ਜਿਹੜੇ ਵਜ਼ੀਰ-ਏ-ਖਾਲਾ ਹੈ ਜੰਮੂ ਕਸ਼ਮੀਰ ਵਿੱਚ ਆਏ ਉਹਨਾਂ ਪਹਾੜੀ ਤਬਕੀ ਲਈ ਕੁਝ ਗਲਬਾਤ ਕੀਤੀ ਕਿਸ ਤਰੀਕੇ ਨਾਲ ਇਹ ਅਮਿਤ ਸ਼ਾਹ ਸਾਹਿਬ ਨੇ ਆਣਾ ਇੱਥੇ ਦੇਖਨੇ ਹਨ ਔਰ ਕਿਸ ਤਰੀਕੇ ਨਾਲ ਪਹਾੜੀ ਤਬਕੀ ਕੀ ਜਿਹੜਾ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਉਸਨੇ حوالے ਨਾਲ ਗਲਬਾਤ ਕਰਸਾ ਖਾਲਿਦ ਸਾਹਿਬ 1999 ਤੋਂ ਇਹ ਲੜਾਈ ਲੜੀ ਜਾ ਰਹੀ ਹੈ ਤਕਰੀਬਨ ਕਾਫੀ ਅਰਸਾ ਗੁਜ਼ਰ ਚੁਕਿਆ ਹੈ ਅਸੰਗੀ ਜਿਹੜਾ ਇਸ ਤਰੀਕੇ ਨਾਲ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਪਾੜੀ ਤਬਕੇ ਕੇ ਲਈ ਗੈਸਟਿਨਾ ਦਰਜਾ ਨਹੀਂ ਦਿੱਤਾ ਜਾ ਰਿਹਾ ਕੇ ਕੇਣਾ ਚਾਹੁੰਦੇ ਹੋ ਜੀ ਸ਼ੁਕਰੀਆ ਪਹਿਲਾਂ ਤਾਂ ਮੈਂ ਤੁਸਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸਾਂ ਕੀ ਤੁਸਾਂ ਨੇ ਮੇਰੇ ਕੀ ਅੱਜ ਮੌਕਾ ਦਿੱਤਾ ਤੇ ਮੈਂ ਅਰਜ਼ ਕਰਾਂ ਕਿ 1999 ਤੋਂ ਲੈ ਕੇ ਅੱਜ ਤੱਕ ਜਿਹੜੀ ਸਾਡੀ ਜਦੁਜਾਦ ਹੈ ਇਹ جاری ਹੈ इस बीच उन्नीस सौ में बीच लगभग जो है वो गुजर कम्युनिटी और पहाड़ी कम्युनिटी दो ए, एक ही बैनर थले जी लोग अपनी जी जदोजहदिना ने जारी रखी आ, अच्छी गल सी कि गुजर कम्युनिटी की उन्होंने हक जरा मिल गया और पहाड़ी जड़े से उन्होंने इग्नोर कर दिया देते एक एक गहरी साजिश की गई नाल और मैं ना लेकर नहीं दसागा मेरे आसन जैन भी सारी तारीखा में जो चीज़ लिखी नहीं है कि किन लोगों ने साजिश की तो सड़े ट्राइब की जो है पहाड़ी कम्यूटी अलग कर दिता गया मैं गुजारिश करा कि उन सेंसस उन्नीस सौ दो हज़ार ग्यारह के मुताबिक पहाड़ी कम्यूनिटी जी इतनी ग्यारह परसेंट है तो इतने बड़े तबके की अज तक जो नज़रअंदाज किया गया जितनी हुकूमत हाँ सखाली असान वादे किए गए किसान ने सनवाई नहीं कि जदों जारी रही कुछ फाइल भी जेजी उन्होंने बजा ले गया कुछ तस्वी बजा लिया कुछ और चीज़ा और सियासी दबाव की असं हमेशा दरकनार रख अमित शाह ने जम्मू कश्मीर दौरा किया और जिस तरह ਪਾੜੀ ਲੋਕਾਂ ਨਾਲੋਂ ਮਿਲੇ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਸਮਝਿਆ ਉਹ ਜਿਸ ਤਰ੍ਹਾਂ ਆਪਣੀ ਸਪੀਚ ਵੀ ਬਾਰ-ਬਾਰ ਆ ਸੰਗੀ ਜਿਹੜਾ ਇਹ ਆਸ਼ਵਾਸਨ ਦਿੱਤਾ ਗਿਆ ਹੈ ਯਕੀਨਦਾਨੀ ਕਰਾਈ ਗਈ ਕਿ ਤੁਸਾਂ ਕੀ ਜਿਹੜਾ ਉਹ ਸਟੇਟਸ ਮਿਲ ਸੀਗਾ ਐਸਟੀ ਨਸਟਿਸ ਮਿਲ ਸੀ ਤਾਂ ਅਸੀਂ ਪੂਰੀ ਤਰ੍ਹਾਂ ਪ੍ਰ ਉਮੀਦਾਂ ਕਿ ਅੱਜ ਜਿਹੜੇ ਬਾਜਪਾ ਨੇ ਦੌਰ ਵਿੱਚ ਜਿਹੜਾ ਅਸਾਂ ਕੀ ਸਟੇਟਸ ਜ਼ਰੂਰ ਮਿਲ ਸੀਗਾ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਤਾਂ ਕੁਝ ਜਿਹੜੀ ਸਿਆਸੀ ਪਾਰਟੀਆਂ ਕੁਝ ਜਿਹੜੇ ਮੇਨ ਸਟ੍ਰੀਮ ਦੇ ਲੀਡਰ ਹਨ ਉਹਨਾਂ ਦੇ ਤਰਫੋਂ ਇਹ ਗੱਲ ਚਾਹੀ ਜਾਣੀ ਹੈ ਕਹੀ ਜਾਣੀ ਹੈ ਕਿ ਅਗਰ ਪਹਾੜੀ ਤਬਕੇ ਦੀ ਐਸਟੀ ਨਾਲ ਸਟੇਟਸ ਮਿਲ ਗਿਆ ਤੇ ਗੁੱਜਰ ਤਬਕਾ ਜਿਹੜਾ ਹੈ ਉਹ ਕਿਧਰੇ ਨੁਕਸਾਨ ਵਿੱਚ ਹੈ ਤਾਂ ਕੀ ਤੁਸੀਂ ਕਿ ਲੱਗਣਾ ਹੈ ਕਿ ਪਹਾੜੀ ਤਬਕੇ ਦੀ ਐਸਟੀ ਨਾਲ ਦਰਜਾ ਮਿਲਣ ਤੋਂ ਬਾਅਦ ਜਿਹੜਾ ਗੁੱਜਰ ਕਮਿਊਨਿਟੀ ਸਾਡੀ ਹੈ ਉਸ ਕੀ ਕੋਈ ਨੁਕਸਾਨ ਹੈ ਜੀ ਮੈਂ ਉਹਨਾਂ ਲੋਕਾਂ ਦੀ ਗੁਜ਼ਾਰਿਸ਼ ਕਰਾਂਗਾ ਕਿ ਕਮ ਸੇ ਕਮ ਆਵਾਮ ਦੇ ਸਾਹਮਣੇ ਪ੍ਰੋਪਗੈਂਡਾ ਕਰਨ ਤੋਂ ਬਿਹਤਰ ਹੈ ਕਿ ਤੁਸੀਂ ਦੱਸੋ ਤਾਂ ਸਹੀ ਨੁਕਸਾਨ ਕੀ ਹੋ ਸੀਗਾ ਤੁਸਾਂ ਅਜੇ ਤੱਕ ਫਾਇਦਾ ਕੇ ਦਿੱਤਾ ਕੋਮਗੀ ਮੈਂ ਆਪਣੇ ਜਿਤਨੇ ਗੁਜਰਪੁਰਾਨ ਮੈਂ ਉਹਨਾਂ ਕੀ ਗਜ਼ਾਰਿਸ਼ ਕਰਾਂਗਾ ਕਿ ਐਸਟੀ ਨੇ ਕਿਤਨੇ ਫੰਡ ਆਏ ਅਜੇ ਤੱਕ ਕਿਸ ਕੀ ਮਿਲੇ ਉਹ ਗ੍ਰਾਉਂਡ ਪਰ ਕਿਤਨੇ ਲਗੇ ਇਹ ਦੁਨੀਆ ਸਾਰੀ ਜਾਣਨੀ ਹੈ ਤੋ ਖਾਲੀ ਪ੍ਰੋਪਗੰਡਾ ਕਰਨ ਨਾਲ ਤੇ ਕੁਝ ਨਹੀਂ ਨਾ ਹੋਣ ਵਾਲਾ ਜਬ ਤੱਕ ਤੁਸੀਂ ਗਰੀਬ ਤੱਕ ਐਸਟੀ ਦੇ ਫੰਡ ਨਹੀਂ ਪਹੁੰਚਾਓਗੇ ਅਜੇ ਤੱਕ ਕੋਈ ਕਿਸੇ ਕੀ ਸਹੂਲਤ ਨਹੀਂ ਆਈ ਇਸ ਤਰ੍ਹਾਂ ਅੱਜ ਵੀ ਗਰੀਬ ਗੁਜਰ ਜਿਹੜਾ ਉਹ ਸਾਹਿਬ ਵਿਚਾਰਾ ਉਸੇ ਰਹਿ ਅੱਜ ਵੀ ਬਕਰਵਾਲ ਪਰਾਸਾੜ ਉਹ ਉਸੇ ਉਸੇ ਕੰਡੀਸ਼ਨ ਵਿੱਚ ਰਹਿ ਰਹੇ ਹਨ ਦੁਨੀਆ ਦੇਖ ਰਹੀ ਹੈ ਤੇ ਉੱਪਰ ਨੇ ਲੋਕ ਜਿਹੜੇ ਅੱਜ ਪ੍ਰੋਪਗੰਡਾ ਕਰਨੇ ਉਹਨਾਂ ਕੀ ਆਪਣਾ ਇਨਾ ਕੀ ਕੋਮ ਨਾ ਕੋਈ ਨੁਕਸਾਨ ਨਹੀਂ ਹੈ ਕਿ ਗੁਜਰ ਕੂਮ ਖਤਰੇ ਵਿੱਚ ਆ ਗਈ ਹੈ ਪਹਾੜੀਆਂ ਕੀ ਕੁਝ ਮਿਲ ਗਿਆ ਤਾਂ ਗੁਜਰ ਬਚਾਰੇ ਗੀ ਨਹੀਂ ਮਿਲ ਸੀ ਇਹ ਕੋਈ ਇਸ਼ੂ ਨਹੀਂ ਹੈ ਇਨਾ ਕੀ ਨੁਕਸਾਨ ਇਹ ਹੈ ਕਿ ਸਾਡੇ ਫੰਡ ਜਿਹੜੇ ਨੂੰ ਜ਼ਾਇਆ ਹੋ ਜਾਸਣਗੇ ਆ ਜਿਹੜੀ ਇਹ ਕਾਲੇ ਕਰਤੂਤ ਕਰਨੇ ਇਹ ਜ਼ਾਇਆ ਹੋ ਜਾਸਣਗੇ ਇਨਾ ਕੀ ਇਹ ਚੀਜ਼ ਨਾ ਡਰ ਹੈ ਵਰਨਾ ਮੈਂ ਤੁਹਾਨੂੰ ਦੱਸਾਂ ਕਿ ਕਿਸੇ ਗੁਜਰ ਬਚਾਰੇ ਕੀ 90 ਪਰ 99% ਗੁਜਰ ਜਿਹੜੇ ਸਾਡੇ ਨਾਲ ਨੇ ਕਿਸੇ ਕੀ ਕੋਈ ਨੁਕਸਾਨ ਨਹੀਂ ਹੈ ਕਿਸੇ ਕੀ ਕੋਈ ਪਰੇਸ਼ਾਨੀ ਨਹੀਂ ਇਹ ਸਾਰੇ ਜਾਣੇ ਨੇ ਇਕੱਠੇ ਲੋਕ ਬੈ ਕੰਮ ਵੀ ਜਾਣੇ ਢੋਕਾ ਮੇ ਜਾਣੇ ਇਕੱਠੇ ਮੁੜਗਾ ਆਣੇ ਨੇ ਇਕੱਠੇ ਰਹਿਣੇ ਨੇ ਸਮਾਜ ਇਕੱਠਾ ਹੈ ਬੈ ਸ਼ਾਦੀਆਂ ਨੇ ਇਹਨਾਂ ਦਾ ਕਲਚਰ ਇਕੱਠਾ ਹੈ ਇਹਨਾਂ ਦਾ ਰੇਨਾ ਸੇਨਾ ਇਕੱਠਾ ਹੈ ਇਹਨਾਂ ਦੀ ਪੜਾਈ ਨਹੀਂ ਰਿਸ਼ਵ ਇਕੱਠਾ ਹੈ ਤੇ ਮੇਰੇ ਸਮਝ ਨਹੀਂ ਆਨੀ ਕਿ ਇੱਕ ਕਿ ਕੁਝ ਮਿਲਨ ਨਾਲ ਦੂਜੇ ਕੀ ਨੁਕਸਾਨ ਹੋਸੀ ਮੈਂ ਮਿਸਾਲ ਦੇਣਾ ਅਗਰ ਮੇਰੇ ਕੀ 1000 ਰੁਪਏ ਮਿਲ ਜਾਣਾ ਤੇ ਤੁਸਾਂ ਕੀ 1000 ਰੁਪਏ ਕੋਈ ਦੇਸੀ ਮੇਰੇ ਕੀ ਨੁਕਸਾਨ ਅਲਬਤ ਇਤਨੀ ਗੱਲ ਹੈ ਕਿ ਮੇਰੇ ਕੀ ਤਸਬ ਮੇਰੇ ਕੀ ਹੋਇਆ ਕਿ ਦਿਲ ਵੀ ਜੋ ਸੀ ਰਾ ਕੋ ਇੱਕ ਤਸਬ ਨਾ ਕਿ ਉਸਕੀ ਕਿਉਂ ਮਿਲ ਗਿਆ ਮੇਰੇ ਕੋ ਰਹਿਣਾ ਚਾਹੀਏ ਇਹ ਗਲਤ ਚੀਜ਼ ਹੈ ਐਨੀ ਮਸਮੀ ਨਾ ਕਿ ਕੋਈ ਕਿਸੇ ਸਮਾਜ ਵੀ ਕਿਸੇ ਪੜੇ ਲਿਖੇ ਸਮਾਜ ਵੀ ਐਸੀ ਚੀਜ਼ ਹੋਣੀ ਚਾਹੀਏ ਨਹੀਂ ਗੁੱਜਰ ਸਾਡੇ ਪ੍ਰਾਂ ਅਸੀਂ ਪਹਾੜੀ ਗੁੱਜਰ ਜਿਤਨੇ ਮੀਆਂ ਅਸੀਂ ਇਕੱਠੇ ਆ ਅਸਚਾਨੇ ਜਿਸ ਤਰ੍ਹਾਂ ਉਹਨਾਂ ਕੀ ਸੂਲਤਾ ਮਿਲੀ ਆਜੇ ਕੋਈ ਜਗਾਜ ਦਾ ਟੋਕਾ ਨੇ ਜਿਹੜੇ ਸਰਵੇ ਹੋਏ ਤੇ ਕਮ ਸੇ ਕਮ 60 70% ਸਾਡੇ ਲੋਕ ਟੋਕਾਂ ਵੀ ਜਾਣੇ ਚੱਲਣ ਮੇਰੇ ਨਾਲ ਮੇਰੇ ਦਸਨ ਕਿਹੜੀ ਟੋਕ ਵਿਚ ਜਿਥਾ ਪਹਾੜੀ ਲੋਕ ਨਹੀਂ ਹੈ ਸਾਰੇ ਲੋਰਨ ਮੰਡੀ ਪਪlias ਜਿੱਧਰ ਕੰਢੀ ਬੁੱਧਰ ਜਿੱਧਰ ਟੋਕਾ ਹਨ ਸਾਰੇ ਤੇ ਪਾੜੀ ਲੋਕ ਜਾਣੇ ਟੋਕਾ ਵਿੱਚ ਆਪ ਉਹਨਾਂ ਵਿਚਾਰਿਆਂ ਕੀ ਜਿਹੜਾ ਉਹ ਇਹਨਾਂ ਲੋਕਾਂ ਕੇ ਕਿਹਾ ਕਿ ਆਪਣੇ ਨਾਉਸ ਵੀ ਦਰਜ ਕਰਵਾ ਗਏ ਤੇ ਪਾੜੀ ਲੋਕਾਂ ਨੂੰ ਜ਼ਿਕਰ ਹੀ ਨਹੀਂ ਉਹਨਾਂ ਵੀ ਉਹਨਾਂ ਗਰੀਬ ਲੋਕਾਂ ਨੂੰ ਜ਼ਿਕਰ ਹੀ ਨਹੀਂ ਮੈਨੂੰ ਨਹੀਂ ਲੱਗਣਾ ਕਿ ਇਹਨਾਂ ਲੋਕਾਂ ਨੇ ਕਿਸੇ ਗੁਜਰਨਾ ਨਾਮ ਉਸ ਵੀ ਲਿਖਿਆ ਹੋਸੀਗਾ ਜਿਹੜੇ ਲੋਕ ਸ਼ਰਾਮੇ ਬੈਠੇ ਉਹਨਾਂ ਨੇ ਆਪਣੇ ਪਾੜੀ ਹੂਤ ਹੈ ਟੋਕਾ ਵੀ ਆਪਣੇ ਨਕਸ਼ੇ ਬਨਵਾਏ ਨੇ ਤੇ ਆਪਣੀ ਜਿਹੜੀ ਸਹੂਲਤਾਂ ਲੈਣਗੇ ਮੈਂ ਅਰਜ਼ ਕਰਾਂਗਾ ਲੋਕਾਂ ਕੀ ਆਪਣੇ ਗੁਜਰ ਪ੍ਰਾਵਾਂਗੇ ਆਪਣੇ ਪਾੜੀ ਪ੍ਰਾਵਾਂਗੇ ਕਿ ਐਸੀ ਕੋਈ ਗੱਲ ਨਹੀਂ ਗੁਜਰ ਪਰਾਵਾਂਗੇ ਅਸਚਾਨੇ ਕਿ ਜਿਤਨੇ ਫੰਡ ਆ ਰਹੇ ਨੇ ਉਹ ਸਹੀ ਤਰੀਕੇ ਨਾਲ ਮਿਲਣ ਬਲਕਿ ਇਹਨਾਂ ਦੀ ਸਿਆਸੀ ਰਿਜ਼ਰਵੇਸ਼ਨ ਦਿੱਤੀ ਜਾਵੇ ਹੋਰ ਜਿਹੜੀਆਂ ਚੀਜ਼ਾਂ ਉਹ ਦਿੱਤੀਆਂ ਜਾਵਨ ਤੇ ਨਾਲ-ਨਾਲ ਪਾੜੀਆਂ ਨਾਲ ਜਿਹੜਾ ਉਹ ਵੀ ਉਹ ਵੀ ਜ਼ਰੂਰੀ ਖਿਆਲ ਰੱਖਣਾ ਚਾਹੀਏ ਕਿਉਂਕਿ ਇੱਕ ਹੀ ਮਾਛਰੇ ਨੇ ਲੋਕ ਆ ਜਿਸ ਤਰੀਕੇ ਨਾਲ ਤਕਰੀਬਨ ਪਿਛਲੇ 1.5 ਮਹੀਨੇ ਪਹਿਲੇ ਜਿਹੜਾ ਸਾਡੇ ਵਜ਼ੀਰ ਦਾਖਲਾ ਅਮਿਤ ਸ਼ਾਹ ਸਾਹਿਬ ਜੰਮੂ ਆਏ ਉਹਨਾਂ ਨੇ ਜਿਸ ਤਰੀਕੇ ਨਾਲ ਪਾੜੀ ਤਬਕੀ ਲਈ ਗੱਲਬਾਤ ਕੀਤੀ ਪਾੜੀ ਤਬਕੀ ਨੇ ਕੁਝ ਆ ਕੁਝ ਬਿਆਨ ਦਿੱਤੇ उसकी किस तरीके देखने और इस टाइम मरकजी सरकार जो इनिशिएटिव ले रही है ले रही है पहाड़ी तबक़नी तो एक उम्मीद है कि इस दौ मर्कजी सककर ने इस हुकूमत भी जी इस टाइम है तो पहाड़ी तबके की कोई आक दिता जाएगा मतलब कितनी उम्मीद है देखो वादे इस पहले मैं साल काफ़िया ने कि अस नहीं कहने के नहीं के, के कम भी किए असि किसी की मोड़े इल्जाम नहीं ठहरावे वक्त फकत हुकूमतान आईया छोटे मोटे चार परसेंट दिता चलो असं किसी कैटागरी करीबी तो आ गए ना चार परसेंट अगर दिता कुछ ने तो कम से कम एक ट्राइप अस शो तो होम है तो इस वक्त ने अमित शाह जी आए या नरेंद्र मोदी जी सरकार असं तो उन्होंने को पूरी उम्मीद है क्योंकि जितने भी ऊपर लोग हैं उन्होंने मिले उन्होंने गलबात की असं विबोध गुप्ता जी ने अकबाल मलिक साहब न चश्ती साहब ना और जितने लोग भी रविंदर रैना जी हैं जिन्हें जी इस वक्त निशाना बशाना सारे लोगों चल रहे हैं और आए दिन वो भी पहाड़ियों पर बोल रहे हैं असं इस गौरमेंट तू पूरी उम्मीद है और मैं तो कहना हंड्रेड परसेंट उम्मीद है कि असाना जोड़ा हक हाँ है वो असंकी इस बार जरूर मिल सी आल जो ट्राइब डे इसने मौके पर जितना भी साढ़े इतारी तबका या गुजर तबका है क्या मैसेज है तो जी मैं सारे इस पर एक मुबारकबाद दे दू एक कांगा कि दो कम्योटी ज गुजर हैं और पहाड़ी ना आपस में भ्रा बन कर रेन एक बन कर रे आसानी मंजिल एक आसान रास्ते एक आसान हर हाँ चीज़ एक कल्चर एक समाज एक असें कबर ने तो आपस भी दूरियां ये बिल्कुल नहीं ये चंद लोग जोड़े दो तरफ वो नफरत फैला रहे हैं अर्ज करांगा मैं गुजारिश करांगा कि दोए बन गए आपस भी रेन एक भ्रा ही ਆਕ ਮਿਲਿਆ ਦੂਜੇ ਕੀ ਮਿਲ ਜਾਸੀ ਇਹ ਕੋਈ ਬੜੀ ਗੱਲ ਨਹੀਂ ਹੈ ਗਵਰਨਮੈਂਟ ਨੇ ਦੇਣਾ ਸਾਨੀ ਕਿਸੇ ਨਾਲ ਲੜਾਈ ਤੇ ਹੈ ਨਹੀਂ ਅਸੀਂ ਕਿਸੇ ਗੁੱਜਰ ਨਾਲ ਲੜਾਈ ਨਹੀਂ ਹੈ ਕਿਸੇ ਹੋਰ ਕਿਸੇ ਨਾਲ ਲੜਾਈ ਨਹੀਂ ਹੈ ਸਾਡੀ ਲੜਾਈ ਜਿਹੜੀ ਹੈ ਸਾਡੀ ਮੰਗ ਦੀ ਦੀ ਹੈ ਗਵਰਨਮੈਂਟ ਦਾ ਨਾਲ ਹੈ ਆਪ ਗਵਰਨਮੈਂਟ ਅਸਾਂ ਕੀ ਦੇ ਕੇ ਤੇ ਮੇਰੇ ਲਈ ਖਿਆਲ ਵੀ ਚੜਾ ਉਹ ਸਾਰੇ ਕੀ ਖੁਸ਼ ਹੋਣਾ ਚਾਹੀਏ ਇੱਕ ਪ੍ਰਾਗ ਹੀ ਲੱਭਾ ਦੂਜੇ ਕੀ ਵੀ ਲੱਭਾ ਸਾਰੇ ਅਸੀਂ ਅਸਨੇ ਬਸਨੇ ਰਾਂ ਖੁਸ਼ ਰਾਂ ਇੱਕ ਹੀ ਸਮਾਜ ਦੀ ਰਾਂ ਮੇਰਾ ਪੈਗਾਮ ਹੈ ਅਮਨ ਰੱਖੋ ਪਾਈਚਾਰਾ ਬਣਾ ਕੇ